ਹਾਂਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਹਾਂਜੀ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਆਂ ਜੀ ਸਿੱਖ ਹਿਸਟਰੀ ਚੈਪਟਰ 1 ਯਾਨੀ ਕਿ ਭਾਗ ਪਹਿਲਾ ਇਹਦੀ ਆਪਾਂ ਇੱਕ ਅਲੱਗ ਪਲੇਲਿਸਟ ਬਣਾ ਰਹੇ ਆਂ ਉਸ ਪਲੇਲਿਸਟ ਵਿੱਚ ਹਰ ਰੋਜ਼ ਇੱਕ ਵੀਡੀਓ ਅਪਲੋਡ ਕਰਿਆ ਕਰਾਂਗੇ ਤੇ ਕੰਪਲੀਟ ਸਿੱਖ ਹਿਸਟਰੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਵਰ ਕਰਵਾਵਾਂਗੇ ਸੋ ਉਸ ਤੋਂ ਪਹਿਲਾਂ ਰਿਕੁਐਸਟ ਆ ਜੀ ਜਿਹੜੇ ਵੀ ਭੈਣ ਭਰਾ ਜਾਂ ਸਟੂਡੈਂਟ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਬ ਦਬੋ ਤਾਂ ਕਿ ਤੁਹਾਨੂੰ ਆਉਣ ਵਾਲੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਇਸ ਚੈਨਲ ਤੇ ਆਪਾਂ ਪੇਪਰਾਂ ਦੀ ਤਿਆਰੀ ਵੀ ਕਰਵਾਉਂਦੇ ਹਾਂ ਅਤੇ ਜੋਬ ਨੋਟੀਫਿਕੇਸ਼ਨ ਵੀ ਪ੍ਰੋਵਾਈਡ ਕਰਵਾਉਂਦੇ ਹਾਂ ਸੋ ਇਸ ਦੇ ਨਾਲ ਹੀ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਕੰਪਲੀਟ ਸਿੱਖ ਹਿਸਟਰੀ ਹਾਂਜੀ ਬਾਕੀ ਅੱਜ ਤੋਂ ਇਹ ਨਵੀਂ ਪਲੇਲਿਸਟ ਬਣਾ ਰਹੇ ਹਾਂ ਉਹ ਪਲੇਲਿਸਟ ਵਿੱਚ ਵਿਜ਼ਿਟ ਕਰ ਲਿਆ ਕਰੋ ਜੀ ਸੋ ਫਰਸਟ ਕੁਐਸਚਨ ਹੈ ਜੀ ਆਪਣਾ ਵਰਤਮਾਨ ਵਿੱਚ ਸਿੱਖਾਂ ਦੇ ਗੁਰੂ ਕੌਣ ਹਨ ਤਾਂ ਆਨਸਰ ਹੋ ਜਾਵੇਗਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਂਜੀ ਕਵੈਸਚਨ ਨੰਬਰ 2 ਚਾਰ ਸਹਿਬਜਾਦੇ ਕੌਣ ਸਨ ਆਨਸਰ ਹੋ ਜਾਵੇਗਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂਜੀ ਵਾਦਿਆਂ ਜੀ ਨੈਕਸਟ ਕੁਐਸਚਨ ਵੱਲ ਹਾਂਜੀ ਚਾਰ ਸਹਿਬਜਾਦਿਆਂ ਦੇ ਨਾਮ ਕੀ ਸਨ ਹਾਂਜੀ ਕੀ ਨਾਮ ਸੀ ਜੀ ਨੰਬਰ 1 ਸਭ ਤੋਂ ਵੱਡੇ ਸੀਗੇ ਬਾਬਾ ਅਜੀਤ ਸਿੰਘ ਜੀ ਦੂਜੇ ਨੰਬਰ ਤੇ ਸੀਗੇ ਜੀ ਬਾਬਾ ਜੁਝਾਰ ਸਿੰਘ ਜੀ ਉਸ ਤੋਂ ਛੋਟੇ ਬਾਬਾ ਜੋਰਾਵਰ ਸਿੰਘ ਜੀ ਤੇ ਉਸ ਤੋਂ ਸਭ ਤੋਂ ਛੋਟੇ ਸੀ ਜੀ ਬਾਬਾ ਫਤਿਹ ਸਿੰਘ ਜੀ ਜਿਹੜੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਸੀ ਇਹ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਸੀ ਤੇ ਜਿਹੜੇ ਬਾਬਾ ਜੋਰਾਵਰ ਤੇ ਫਤਿਹ ਸਿੰਘ ਸੀ ਇਹਨਾਂ ਨੂੰ ਸਰਹੰਦ ਵਿਖੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਗਿਆ ਸੀ ਜੀ ਸੋ ਬਹੁਤ ਹੀ ਇੰਪੋਰਟੈਂਟ ਕੁਐਸਚਨ ਹਰ ਇੱਕ ਪੰਜਾਬੀ ਨੂੰ ਇਹਦਾ ਆਨਸਰ ਪਤਾ ਹੋਣਾ ਚਾਹੀਦਾ ਜੀ ਹਾਂਜੀ ਕੁਐਸਚਨ ਨੰਬਰ 4 ਬਾਬਾ ਅਜੀਤ ਸਿੰਘ ਜੀ ਦਾ ਸਮਾਂਕਾਲ ਕੀ ਸੀ ਹਾਂਜੀ ਜਿਹੜੇ ਸਭ ਤੋਂ ਵੱਡੇ ਸਹਬਜ਼ਾਦੇ ਅਜੀਤ ਸਿੰਘ ਸੀ ਉਹਨਾਂ ਦਾ ਜਨਮ 1687 ਵਿੱਚ ਹੋਇਆ ਸੀ ਅਤੇ ਉਹਨਾਂ ਨੇ 1704 ਈਸਵੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ਚਮਕੌਰ ਦੀ ਜੰਗ ਵਿੱਚ ਹਾਂਜੀ ਨੈਕਸਟ ਕੁਐਸਚਨ ਜੀ ਬਾਬਾ ਜੁਝਾਰ ਸਿੰਘ ਦਾ ਸਮਾਂਕਾਲ ਕੀ ਸੀ ਇਹਨਾਂ ਦਾ ਜਨਮ 1699 ਈਸਵੀ ਵਿੱਚ ਹੋਇਆ ਸੀ ਤੇ ਇਹਨਾਂ ਨੇ ਵੀ 1704 ਵਿੱਚ ਚਮਕੌਰ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਸੀ ਹਾਂਜੀ ਕੁਐਸਚਨ ਨੰਬਰ 6 ਬਾਬਾ ਜੋਰਾਵਰ ਸਿੰਘ ਜੀ ਦਾ ਸਮਾਂਕਾਲ ਕੀ ਸੀ ਹਾਂਜੀ ਇਹਨਾਂ ਦਾ ਜਨਮ ਹੋਇਆ ਸੀ ਜੀ 1696 ਵਿੱਚ ਤੇ ਇਹਨਾਂ ਨੇ 17 ਇਹਨਾਂ ਨੂੰ 1704 ਵਿੱਚ ਹੀ ਨੀਹਾ ਵਿੱਚ ਸਰਹੰਦ ਵਿਖੇ ਛਿੰਕੇ ਸ਼ਹੀਦ ਕੀਤਾ ਗਿਆ ਸੀ ਨਵਾਬ ਵਜ਼ੀਰ ਖਾਨ ਦੇ ਹੁਕਮਾਂ ਤੇ ਹਾਂਜੀ ਕੁਐਸਚਨ ਨੰਬਰ 7 ਬਾਬਾ ਫਤਿਹ ਸਿੰਘ ਦਾ ਸਮਾਂਕਾਲ ਕੀ ਸੀ ਸਭ ਤੋਂ ਛੋਟੇ ਸੀ ਜੀ ਇਹ ਇਹਨਾਂ ਦਾ 1698 ਵਿੱਚ ਜਨਮ ਹੋਇਆ ਸੀ ਤੇ 1704 ਵਿੱਚ ਇਹਨਾਂ ਨੇ ਸ਼ਹੀਦੀ ਪ੍ਰਾਪਤ ਕਰੀ ਸੀ ਸਰਹੰਦ ਵਿਖੇ ਹੀ ਨੀਹਾ ਵਿੱਚ ਚਿਣਕੇ ਸ਼ਹੀਦ ਕੀਤਾ ਗਿਆ ਸੀ ਹਾਂਜੀ ਸਭ ਤੋਂ ਵੱਡੇ ਸਾਹਿਬਜ਼ਾਦੇ ਦਾ ਨਾਮ ਕੀ ਸੀ ਬਾਬਾ ਅਜੀਤ ਸਿੰਘ ਹਾਂਜੀ ਨੈਕਸਟ ਜੀ ਸਭ ਤੋਂ ਛੋਟੇ ਸਾਹਿਬਜ਼ਾਦੇ ਦਾ ਨਾਮ ਕੀ ਸੀ ਬਾਬਾ ਫਤਿਹ ਸਿੰਘ ਮੋਸਟ ਇੰਪੋਰਟੈਂਟ ਕੁਐਸਚਨ ਨੇ ਜੀ ਸਰਹੰਦ ਵਿਖੇ ਸਵਾ ਤੇ ਤਾਂ ਬਹੁਤ ਸਾਰੇ ਲੋਕ ਜਾਂਦੇ ਆ ਬਹੁਤ ਇਕੱਠ ਹੁੰਦਾ ਪਰ ਜਦੋਂ ਉਹਨਾਂ ਨੂੰ ਕੁਐਸਚਨ ਪੁੱਟ ਕੀਤੇ ਜਾਂਦੇ ਆ ਤਾਂ ਅੱਗੋਂ ਆਨਸਰ ਨਹੀਂ ਮਿਲਦੇ ਸੋ ਆਪਾਂ ਸਾਰੇ ਹੀ ਕੁਐਸਚਨ ਕਵਰ ਕਰਵਾਵਾਂਗੇ ਸੋ ਚੈਨਲ ਨਾਲ ਵੱਧ ਤੋਂ ਵੱਧ ਜੁੜੋ ਜੀ ਕੁਐਸਚਨ ਨੰਬਰ 10 ਹਾਂਜੀ ਜਿਨ੍ਹਾਂ ਨੂੰ ਦੀਵਾਰ ਵਿੱਚ ਚਿਣਵਾਇਆ ਗਿਆ ਉਹਨਾਂ ਸਾਹਿਬਜ਼ਾਦਿਆਂ ਦੇ ਨਾਮ ਕੀ ਸਨ? ਹਾਂਜੀ। ਛੋਟੇ ਸਾਹਿਬਜ਼ਾਦੇ ਸੀ ਜੀ ਦੋਵੇਂ ਬਾਬਾ ਫਤਿਹ ਸਿੰਘ ਜੀ ਤੇ ਬਾਬਾ ਜ਼ੋਰਾਵਰ ਸਿੰਘ ਜੀ। ਵਾਦਿਆਂ ਜੀ ਨੈਕਸਟ ਕੁਐਸਚਨ ਵੱਲ ਕੁਐਸਚਨ ਨੰਬਰ 11 ਹਾਂਜੀ। ਜੋ ਚਮਕੌਰ ਦੇ ਯੁੱਧ ਵਿੱਚ ਸ਼ਹੀਦ ਹੋਏ ਉਹਨਾਂ ਸਾਹਿਬਜ਼ਾਦਿਆਂ ਦੇ ਨਾਮ ਕੀ ਸਨ? ਹਾਂਜੀ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਝੁਜਾਰ ਸਿੰਘ ਜੀ। ਵਾਦਦੇ ਆ ਜੀ ਨੈਕਸਟ ਕੁਐਸਚਨ ਵੱਲ ਹਾਂਜੀ ਖਾਲਸਾ ਪੰਥ ਦੀ ਸਥਾਪਨਾ ਕਿਸ ਨੇ ਕੀਤੀ ਹਾਂਜੀ 10ਵੇਂ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਹਾਂਜੀ ਕੁਐਸਚਨ ਨੰਬਰ 13 ਜੀ ਖਾਲਸਾ ਪੰਥ ਦੀ ਸਥਾਪਨਾ ਕਦੋਂ ਹੋਈ ਸੀ ਜੀ ਇਹ ਹੋਈ ਸੀ ਜੀ ਵਿਸਾਖੀ ਵਾਲੇ ਦਿਨ 30 ਮਾਰਚ ਸਨ 1699 ਨੂੰ ਹੋਈ ਸੀ ਕਾਫੀ ਬਾਕਸ ਵਿੱਚ 30 ਮਾਰਚ ਲਿਖਿਆ ਹੁੰਦਾ ਪਰ ਇਸ ਦਾ ਆਨਸਰ 13 ਅਪ੍ਰੈਲ ਵੀ ਸਹੀ ਹੋ ਸਕਦਾ ਜੀ ਜੇ ਕਿਤੇ ਆਪਸ਼ਨ ਦੇ ਵਿੱਚ ਮਿਲ ਜਾਵੇ 13 ਅਪ੍ਰੈਲ 1699 ਵੀ ਸਹੀ ਆ ਵਿਸਾਖੀ ਵਾਲੇ ਦਿਨ ਹਾਂਜੀ ਨੈਕਸਟ ਕੁਐਸਚਨ ਜੀ ਖਾਲਸਾ ਪੰਥ ਦੀ ਸਥਾਪਨਾ ਕਿਸ ਸਥਾਨ ਉੱਤੇ ਹੋਈ ਸੀ ਹਾਂਜੀ ਇਹ ਹੋਈ ਸੀ ਜੀ ਸ੍ਰੀ ਕੇਸਗੜ ਸਾਹਿਬ ਜਿਸ ਨੂੰ ਆਨੰਦਪੁਰ ਸਾਹਿਬ ਵੀ ਕਹਿੰਦੇ ਹਨ ਹਾਂਜੀ ਕੁਐਸਚਨ ਨੰਬਰ 15 ਹਾਂਜੀ ਹੁਣ ਕੁਐਸਚਨ ਨੰਬਰ 14 ਹੀ ਆ ਜਿਹੜਾ ਇਹਦੇ ਵਿੱਚ ਹੀ ਆਪਾਂ 10 15 ਕੁਐਸਚਨ ਐਡ ਕੀਤੇ ਨੇ ਐਕਸਟਰਾ ਸੋ ਇਹ ਵੀ ਨੌਲੇਜ ਹੋਣੀ ਚਾਹੀਦੀ ਹੈ ਹਰ ਇੱਕ ਨੂੰ ਹਾਂਜੀ ਕੁਐਸਚਨ ਨੰਬਰ 1 ਆ ਜੀ 14ਵੇਂ ਦਾ ਸੰਸਾਰ ਦਾ ਸਭ ਤੋਂ ਮਹਿੰਗਾ ਸਭ ਤੋਂ ਮੁੱਲਵਾਨ ਅੰਤਮ ਸੰਸਕਾਰ ਕਿਹੜਾ ਹੈ ਜਾਂ ਇਹ ਕੁਐਸਚਨ ਐਦਾ ਵੀ ਬਣ ਜਾਂਦਾ ਕਿ ਸੰਸਾਰ ਦੀ ਸਭ ਤੋਂ ਮਹਿੰਗੀ ਜਗ੍ਹਾ ਕਿਹੜੀ ਹੈ? ਹਾਂਜੀ। ਇਸ ਦਾ ਆਨਸਰ ਹੋ ਜਾਵੇਗਾ ਜੀ। ਮਾਤਾ ਗੁਜਰੀ ਅਤੇ ਸਾਹਿਬਜਾਦੇਆ ਦਾ ਅੰਤਮ ਸੰਸਕਾਰ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਜਿੰਨੀ ਜ਼ਮੀਨ ਉੱਤੇ ਸੰਸਕਾਰ ਹੋਣਾ ਸੀ, ਓਨੇ ਸਥਾਨ ਉੱਤੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਹ ਜਗ੍ਹਾ ਲਈ ਗਈ ਸੀ। ਇਸ ਨੂੰ ਸੰਸਾਰ ਦਾ ਸਭ ਤੋਂ ਮਹਿੰਗਾ ਸਥਾਨ ਜਾਂ ਧਰਤੀ ਕਿਹਾ ਜਾਂਦਾ ਹੈ। ਹਾਂਜੀ, ਕੁਐਸਚਨ ਨੰਬਰ 2 ਸਾਹਿਬਜ਼ਾਦੇ ਜ਼ੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਨੂੰ ਕਦੋਂ ਦੀਵਾਰਾਂ ਵਿੱਚ ਚਣਵਾ ਕੇ ਸ਼ਹੀਦ ਕੀਤਾ ਗਿਆ ਸੀ ਹਾਂਜੀ ਆਨਸਰ ਹੋਵੇਗਾ ਜੀ 26 ਦਸੰਬਰ 1705 ਈਸਵੀ ਵਿੱਚ ਕੀਤਾ ਗਿਆ ਸੀ 13 ਪੋ ਵਾਲੇ ਦਿਨ ਨੈਕਸਟ ਕੁਐਸਚਨ ਜੀ ਹਾਂਜੀ ਮਾਤਾ ਗੁਜਰੀ ਜੀ ਦੇ ਸਰੀਰ ਤਿਆਗਣ ਉੱਤੇ ਜ਼ਾਲਮਾਂ ਦੇ ਜ਼ਾਲਮਾਂ ਨੇ ਪਵਿੱਤਰ ਸਰੀਰ ਫਤੇਗੜ ਸਾਹਿਬ ਦੇ ਪਿੱਛੇ ਵਗਦੀ ਹੌਂਸਲਾ ਨਦੀ ਦੇ ਕੰਢੇ ਜੰਗਲ ਵਿੱਚ ਸੁੱਟ ਦਿੱਤਾ ਜਿਸ ਵਿੱਚ ਭਿਆਨਕ ਆਦਮ ਖੋਰ ਜਾਨਵਰ ਰਹਿੰਦੇ ਸਨ ਇਹਨਾਂ ਜਾਨਵਰਾਂ ਵੱਲੋਂ ਸਰੀਰ ਦੀ ਰੱਖਿਆ ਕਿਸ ਨੇ ਕੀਤੀ ਸੀ ਹਾਂਜੀ ਇੱਕ ਬੱਬਰ ਸ਼ੇਰ ਨੇ 48 ਘੰਟੇ ਤੱਕ ਰੱਖਿਆ ਕੀਤੀ ਸੀ ਹਾਂਜੀ ਕੁਐਸਚਨ ਨੰਬਰ 4 ਜੀ ਸਿੱਖ ਇਤਿਹਾਸ ਦਾ ਸਭ ਤੋਂ ਪਹਿਲਾ ਸਰੋਵਰ ਕਿਹੜਾ ਹੈ ਹਾਂਜੀ ਗੁਰਦੁਆਰਾ ਸ਼੍ਰੀ ਟਾਲੀ ਸਾਹਿਬ ਸੰਤੋਖ ਸਰ ਹਾਲਗੇਟ ਦੇ ਕੋਲ ਜ਼ਿਲ੍ਹਾ ਅੰਮ੍ਰਿਤਸਰ ਪੰਜਾਬ ਹਾਂਜੀ ਹਰਮੰਦਰ ਸਾਹਿਬ ਵਾਲਾ ਸਰੋਵਰ ਆ ਜੀ ਸੰਤੋਖ ਸਰ ਸਰੋਵਰ ਵੀ ਉਹਨੂੰ ਕਿਹਾ ਜਾਂਦਾ ਹੈ। ਵਾਦਿਆਂ ਜੀ 5 ਨੰਬਰ ਕੁਐਸਚਨ ਵੱਲ ਸਿੱਖ ਇਤਿਹਾਸ ਵਿੱਚ ਗੁਰਦੁਆਰਿਆਂ ਦਾ ਸਭ ਤੋਂ ਵੱਡਾ ਸਰੋਵਰ ਕਿਹੜਾ ਹੈ? ਹਾਂਜੀ ਸਭ ਤੋਂ ਵੱਡਾ ਹੈ ਜੀ ਸ੍ਰੀ ਦਰਬਾਰ ਸਾਹਿਬ ਤਰਨਤਾਰਨ ਸਾਹਿਬ ਵਾਲਾ ਸਰੋਵਰ। ਵਾਦਿਆਂ ਜੀ 6 ਨੰਬਰ ਦੰਦਮਈ ਟਕਸਾਲ ਦੇ ਉਪਦੇਸ਼ਾਂ ਅਨੁਸਾਰ ਕਿਸ ਦਾ ਇੱਕ ਦਿਨ ਵਿੱਚ 101 ਸ਼੍ਰੀ ਜਪਜੀ ਸਾਹਿਬ ਜੀ ਦੇ ਪਾਠ ਕਰਨ ਦਾ ਨਿੱਤ ਨਿਯਮ ਸੀ ਹਾਂਜੀ ਆਨਸਰ ਹੋ ਜਾਵੇਗਾ ਜੀ ਬਾਬਾ ਦੀਪ ਸਿੰਘ ਜੀ ਵਾਦਿਆਂ ਜੀ ਨੈਕਸਟ ਕੁਐਸਚਨ ਵੱਲ ਹਾਂਜੀ ਕਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਅਰਬੀ ਭਾਸ਼ਾ ਵਿੱਚ ਲਿਖ ਕੇ ਅਰਬ ਦੇਸ਼ ਵਿੱਚ ਭੇਜਿਆ ਤਾਂ ਕਿ ਅਰਬੀ ਲੋਕ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੁੜ ਸਕਣ ਉਹ ਸvaroop ਅੱਜ ਵੀ ਅਰਬ ਦੇਸ਼ ਦੀ ਬਰਕਲੇ ਯੂਨੀਵਰਸਿਟੀ ਵਿੱਚ ਸ਼ੋਭਨੀਕ ਹੈ ਕਿੰਨਾ ਨੇ ਭੇਜਿਆ ਸੀ ਜੀ ਬਾਬਾ ਦੀਪ ਸਿੰਘ ਜੀ ਨੇ ਹਾਂਜੀ ਪੰਜਾਬੀ ਦਾ ਸਭ ਤੋਂ ਪਹਿਲਾ ਕਾਇਦਾ ਆਪਣੇ ਹੱਥਾਂ ਨਾਲ ਕਿਸ ਨੇ ਲਿਖਿਆ ਸੀ ਜੀ ਇਹ ਲਿਖਿਆ ਸੀ ਜੀ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਹਾਂਜੀ 9 ਨੰਬਰ ਕੁਐਸਚਨ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕਿਸ ਤੋਂ ਲਿਖਵਾਈ ਸੀ ਹਾਂਜੀ ਭਾਈ ਪੈੜਾ ਮੋਖਾ ਜੀ ਤੋਂ ਲਿਖਵਾਈ ਸੀ ਜੀ ਭਾਈ ਬਾਲਾ ਜੀ ਵਾਲੀ ਜਨਮ ਸਾਖੀ ਕੁਐਸਚਨ ਨੰਬਰ 10 ਜੀ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਚੌਪਈ ਸਾਹਿਬ ਜੀ ਦੀ ਬਾਣੀ ਦਾ ਉਚਾਰਨ ਕਿਸ ਸਥਾਨ ਉੱਤੇ ਕੀਤਾ ਸੀ ਜੀ ਆਨਸਰ ਆ ਜੀ ਗੁਰਦੁਆਰਾ ਸ੍ਰੀ ਵਿਪੌਰ ਸਾਹਿਬ ਨੰਗਲ ਸਿਟੀ ਜ਼ਿਲ੍ਹਾ ਰੋਪੜ ਪੰਜਾਬ ਚ ਹੀ ਪੈਂਦਾ ਜੀ ਇਹ। ਕੁਐਸਚਨ ਨੰਬਰ 11 ਨੌਵੇਂ ਗੁਰੂ ਜੀ ਦਾ ਪਾਵਨ ਸੀਸ ਚਾਂਦਨੀ ਚੌਕ ਦਿੱਲੀ ਵੱਲੋਂ ਅਨੰਦਪੁਰ ਸਾਹਿਬ ਪਹੁੰਚਾ ਕੇ ਰਗਰੇਟੇ ਗੁਰੂ ਕੇ ਬੇਟੇ ਹੋਣ ਦਾ ਮਾਣ ਕਿਹਨੇ ਹਾਸਲ ਕੀਤਾ? ਹਾਂਜੀ ਭਾਈ ਜੈਤਾ ਜੀ ਜਿਨ੍ਹਾਂ ਦਾ ਪੁਰਾਣਾ ਨਾਮ ਭਾਈ ਜੀਵਨ ਸਿੰਘ ਜੀ ਸੀ। ਨਹੀਂ ਭਾਈ ਜੈਤਾ ਜੀ ਸੀ ਜੀ ਬਾਅਦ ਚ ਜਦੋਂ ਇਹ ਪੰਜ ਪਿਆਰੇ ਬਣੇ ਆ ਉਦੋਂ ਇਹਨਾਂ ਦਾ ਨਾਂ ਭਾਈ ਜੀਵਨ ਸਿੰਘ ਜੀ ਕੀਤਾ ਗਿਆ ਜਦੋਂ ਇਹਨਾਂ ਨੇ ਅਮਰਤ ਛਕਿਆ ਉਦੋਂ ਕੀਤਾ ਸੀ ਜੀ ਹਾਂਜੀ ਪੰਜ ਪਿਆਰੇਆਂ ਚ ਤਾਂ ਇਹਨਾਂ ਦਾ ਨਾਂ ਹੈ ਨਹੀਂ ਸੀ ਸ਼ਾਇਦ ਹਾਂਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਛੱਡਣ ਵੱਲੋਂ ਪਹਿਲਾਂ ਆਪਣੇ ਕਿਸ ਹਮਸ਼ਕਲ ਨੂੰ ਕਲੰਗੀ ਸਜਾ ਕੇ ਸ਼ਸਤਰ ਸੌਂਪ ਦਿੱਤੇ ਉਹ ਹਮਸ਼ਕਲ ਕੌਣ ਸੀ ਹਾਂਜੀ ਸ਼੍ਰੋਮਣੀ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਨੇ ਬਹਾਦਰੀ ਵੱਲੋਂ ਕਿੰਨੀ ਫੌਜ ਦਾ ਸਾਹਮਣਾ ਕੀਤਾ ਤੇ ਆਪ ਜੀ ਨੇ ਗੁਰੂ ਜੀ ਦਾ ਕਥਨ ਸਵਾ ਲੱਖ ਸੇਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਖਾਉ ਨੂੰ ਅਸਲੀ ਰੂਪ ਵਿੱਚ ਸਾਕਾਰ ਕੀਤਾ ਹਾਂ ਜੀ ਕਿੰਨੀ ਫੌਜ ਸੀ 10 ਲੱਖ ਫੌਜ ਦਾ ਸਾਹਮਣਾ ਕੀਤਾ ਸੀ ਜੀ ਵਾਦਿਆਂ ਜੀ ਅਗਲੇ ਕੁਐਸਚਨ ਵੱਲ ਸ਼੍ਰੀ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਜਿਸ ਵਿੱਚ ਪਹਾੜੀ ਰਾਜਾਵਿਆਂ ਰਾਜਿਆਂ ਨੇ ਹਾਥੀ ਨੂੰ ਸ਼ਰਾਬ ਪਵਾ ਕੇ ਕਿਲੇ ਦਾ ਦਰਵਾਜ਼ਾ ਤੋੜਨ ਲਈ ਭੇਜਿਆ ਸੀ ਉਸ ਦਾ ਮੁਕਾਬਲਾ ਭਾਈ ਮਨੀ ਸਿੰਘ ਦੇ ਸੁਪੁੱਤਰਾਂ ਨੇ ਕੀਤਾ ਉਹਨਾਂ ਦਾ ਨਾਂ ਕੀ ਸੀ ਜੀ ਭਾਈ ਬਚਿੱਤਰ ਸਿੰਘ ਤੇ ਭਾਈ ਉਦੇਸ ਸਿੰਘ ਹਾਂਜੀ 15 ਨੰਬਰ ਕੁਐਸਚਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਸਾਹਿਬ ਕਿਸ ਵੱਲੋਂ ਲਿਖਵਾਈ ਸ਼ਹੀਦ ਭਾਈ ਮਨੀ ਸਿੰਘ ਜੀ ਵੱਲੋਂ ਹਾਂਜੀ ਨੈਕਸਟ ਕੁਐਸਚਨ ਭਾਈ ਮਨੀ ਸਿੰਘ ਜੀ ਨੂੰ ਕਿਸ ਪ੍ਰਕਾਰ ਸ਼ਹੀਦ ਕੀਤਾ ਗਿਆ ਜੀ ਉਹਨਾਂ ਦਾ ਅੰਗ-ਅੰਗ ਕੱਟ ਕੇ ਬੋਟੀ-ਬੋਟੀ ਕੱਟ ਕੇ ਸ਼ਹੀਦ ਕੀਤਾ ਗਿਆ ਜੀ ਹਾਂਜੀ ਗੁਰਦੁਆਰਾ ਸ਼੍ਰੀ ਸਨ ਸਾਹਿਬ ਨੂੰ 84 ਕੱਟ ਕਿਉਂ ਕਹਿੰਦੇ ਹਨ ਕਿਉਂਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਵਾਰ ਦਿੱਤਾ ਸੀ ਕਿ ਜੋ ਇਸ ਸਨ ਵਿੱਚੋਂ ਇੱਕ ਮਨ ਨਾਲ ਲੰਗੇਗਾ ਉਸ ਦੀ 84 ਕੱਟੀ ਜਾਵੇਗੀ ਹਾਂਜੀ ਕੁਐਸਚਨ ਨੰਬਰ 18 ਜੀ ਗੁਰਦੁਆਰਾ ਤਖਤ ਸ਼੍ਰੀ ਦਮਦਮਾ ਸਾਹਿਬ ਵਾਲੇ ਸਥਾਨ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦਾ ਸਿੱਖੀ ਸਿੱਧਿ ਕਿਵੇਂ ਪਰਖਿਆ? ਹਾਂਜੀ ਬੰਦੂਕ ਦੇ ਨਿਸ਼ਾਨੇ ਵੱਲੋਂ ਕੁਐਸਚਨ ਨੰਬਰ 19 ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬੀੜ ਕਾਪੀ ਕਰਵਾ ਕੇ ਬਾਕੀ ਚਾਰ ਤਖਤਾਂ ਵਿੱਚ ਕਿਸ ਨੇ ਭੇਜੀ? ਬਾਬਾ ਦੀਪ ਸਿੰਘ ਜੀ ਨੇ। ਹਾਂਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬੀੜ ਨੂੰ ਕਿਸ ਸਥਾਨ ਉੱਤੇ ਲਿਖਵਾਇਆ ਸੀ? ਗੁਰਦੁਆਰਾ ਸ਼੍ਰੀ ਲਖਣਸਰ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਲਿਖਵਾਇਆ ਸੀ ਜੀ ਹਾਂਜੀ 14 ਨੰਬਰ ਕੁਐਸਚਨ ਖਤਮ ਹੋ ਗਏ ਜੀ ਉਹਦੇ ਬਾਅਦ ਹੁਣ 15 ਨੰਬਰ ਕੁਐਸਚਨ ਆ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਅਮਰਤਪਾਨ ਕਰਵਾ ਕੇ ਜੋ ਨਵੇਂ ਸਿੱਖ ਬਣਾਏ ਉਹਨਾਂ ਨੂੰ ਕੀ ਨਾਮ ਦਿੱਤਾ ਜੀ ਖਾਲਸਾ ਪੰਥ ਦਾ ਨਾਮ ਦਿੱਤਾ ਗਿਆ ਸੀ ਹਾਂਜੀ ਸਭ ਤੋਂ ਪਹਿਲਾਂ ਬਣਾਏ ਗਏ ਪੰਜ ਪਿਆਰਿਆਂ ਦੇ ਨਾਂ ਕੀ ਸਨ ਇਹ ਵੀ ਮੋਸਟ ਇੰਪੋਰਟੈਂਟ ਕੁਐਸਚਨ ਆ ਜੀ ਹਰ ਇੱਕ ਨੂੰ ਇਹਦਾ ਆਨਸਰ ਪਤਾ ਹੋਣਾ ਚਾਹੀਦਾ ਪੰਜ ਪਿਆਰੇ ਸਨ ਜੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਮੈਂ ਫੇਰ ਰਿਪੀਟ ਕਰ ਰਿਹਾ ਜੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਪੰਜ ਪਿਆਰੇ ਸੀ ਜੀ ਸਭ ਤੋਂ ਪਹਿਲੇ ਹਾਂਜੀ ਸਭ ਤੋਂ ਪਹਿਲਾ ਅਮਰਤਪਾਨ ਕਰਨ ਵਾਲਾ ਪੰਜ ਪਿਆਰਾ ਕੌਣ ਸੀ ਭਾਈ ਦਇਆ ਸਿੰਘ ਵਾਦਿਆਂ ਜੀ ਨੈਕਸਟ ਕੁਐਸਚਨ ਵੱਲ ਭਾਈ ਦਾਇਆ ਸਿੰਘ ਜੀ ਦਾ ਅਸਲੀ ਨਾਮ ਕੀ ਸੀ ਜੀ ਭਾਈ ਦਾਇਆ RAM ਜੀ ਵਾਦਿਆਂ ਜੀ 19 ਨੰਬਰ ਕੁਐਸਚਨ ਵੱਲ ਹਾਂਜੀ ਭਾਈ ਦਾਇਆ ਸਿੰਘ ਜੀ ਦੀ ਉਮਰ ਕੀ ਸੀ ਜਦੋਂ ਉਹਨਾਂ ਨੇ ਪੰਜ ਪਿਆਰਾ ਬਣ ਕੇ ਅਮਰਤਪਾਨ ਕੀਤਾ ਆਨਸਰ ਹੋਵੇਗਾ ਜੀ 38 ਸਾਲ ਅੱਜ ਦੀ ਵੀਡੀਓ ਦਾ ਆਪਣਾ ਲਾਸਟ ਕੁਐਸਚਨ ਆ ਜੀ ਭਾਈ ਦਾਇਆ ਸਿੰਘ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ ਸੀ ਤੇ ਉਹ ਕੌਣ ਸਨ ਇਨਾਂ ਦਾ ਜਨਮ ਸਾਲ 1661 ਵਿੱਚ ਲਾਹੌਰ ਵਿੱਚ ਹੋਇਆ ਸੀ ਅਤੇ ਸੋਭਤੀ ਖੱਤਰੀ ਜਾਤ ਦੇ ਸਨ ਜੀ ਸੋ ਇਸ ਦੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਸਮਾਪਤ ਹੁੰਦੀ ਆ ਨੈਕਸਟ ਚੈਪਟਰ ਯਾਨੀ ਕਿ ਅਗਲਾ ਭਾਗ ਲੈ ਕੇ ਜਲਦੀ ਹੀ ਹਾਜ਼ਰ ਹੋਵਾਂਗੇ ਸੋ ਚੈਨਲ ਨਾਲ ਜੁੜ ਜਾਵੋ ਜੀ ਜਿਨ੍ਹਾਂ ਨੇ ਵੀਡੀਓ ਦੇਖੀ ਆ ਉਹਨਾਂ ਦਾ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਆਪਾਂ ਕੰਪਲੀਟ ਸਿੱਖ ਹਿਸਟਰੀ ਕਰਵਾਵਾਂਗੇ ਸੋ ਅਲੱਗ ਤੋਂ ਇਹਦੀ ਪਲੇਲਿਸਟ ਬਣਾ ਦੇਣੀ ਆ ਜੀ ਉਹ ਪਲੇਲਿਸਟ ਵਿੱਚ ਵਿਜ਼ਿਟ ਕਰ ਲਿਓ ਸੋ ਧੰਨਵਾਦ ਜੀ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਹਾਲੇ ਉਹ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ